ਦਰ 26 ਜਨਵਰੀ ਤੋਂ ਬਾਅਦ ਬਹੁਤ ਸਾਰੇ ਲੋਕ ਐਨੇ ਭੈਪਿਤ ਹੋ ਗਏ ਸੀ ਕਿ ਆਪਣੇ ਧਾਰਮਿਕ ਚਿੰਨ੍ਹਾਂ ਤੋਂ ਵੀ ਮੁਨਕਰ ਹੋਣ ਵਿੱਚ ਭਲਾਈ ਸਮਝਦੇ ਸਨ 8 ਫਰਵਰੀ ਦੀ ਗੱਲ ਹੈ ਕਿ ਉਦੋਕੇ ਭਾਜੀ ਸਿੰਘ ਬਾਰਡਰ ਵਿਖੇ ਆਪਣੇ ਰਹਿਣ ਬਸੇਰੇ ਵਿੱਚ ਬੈਠੇ ਕੁਝ ਲਿਖ ਰਹੇ ਸੀ ਤੇ ਮੈਂ ਕੁਝ ਪੜ ਰਿਹਾ ਸੀ ਕਿ ਇਹਨਾਂ ਨੂੰ ਲਖੇ ਸਿਧਾਣੇ ਨਾਲ ਹਮੇਸ਼ਾ ਰਹਿੰਦੇ ਜਗਦੀਪ ਰੰਧਾਵੇ ਦਾ ਫੋਨ ਆਇਆ ਉਦੋਕੇ ਭਾਈ ਜੀ ਨੇ ਉਹ ਨੰਬਰ ਮੈਨੂੰ ਲਿਖਾ ਦਿੱਤਾ ਤੇ ਆਪਣੇ ਫੋਨ ਤੋਂ ਸੁਖਵੰਤ ਸਿੰਘ ਸੁਖੀ ਵੀਰ ਜੀ ਨੂੰ ਕਾਲ ਕਰਕੇ ਦੱਸਿਆ ਕਿ ਲੱਖੇ ਸਧਾਣੇ ਵੱਲੋਂ ਆਏ ਸੁਨੇਹੇ ਕਰਕੇ ਮੈਂ ਰਸੋਈ ਢਾਬੇ ਕੋਲ ਉਸ ਨੂੰ ਮਿਲਣ ਜਾ ਰਿਹਾ ਹਾਂ ਕੋਈ ਜ਼ਰੂਰੀ ਗੱਲ ਹੋਵੇ ਤਾਂ ਪ੍ਰਭ ਦੇ ਫੋਨ ਉੱਪਰ ਫੋਨ ਕਰ ਲੈਣਾ ਮੈਂ ਤੇ ਉਦੋਕੇ ਭਾਈ ਜੀ ਜਦੋਂ ਰਸੋਈ ਢਾਬੇ ਕੋਲ ਪਹੁੰਚੇ ਤਾਂ ਸਵਾ 6 ਵਜੇ ਫਿਰ ਜਗਦੀਪ ਰੰਧਾਵੇ ਨੂੰ ਫੋਨ ਕੀਤਾ ਤੇ ਉਸਨੇ ਸਾਨੂੰ ਕਿਹਾ ਕਿ ਮਨੁੱਖਤਾ ਦੀ ਸੇਵਾ ਵਾਲੇ ਮਿੰਟੂ ਦੇ ਟੈਂਟ ਵਿੱਚ ਆ ਜਾਵੋ ਉਦੋਕੇ ਭਾਜੀ ਕਹਿੰਦੇ ਕਿ ਚਲੋ ਵਧੀਆ ਹੋਇਆ ਇਸ ਬਹਾਨੇ ਮਿੰਟੂ ਦੇ ਦਰਸ਼ਨ ਕਰ ਲਵਾਂਗੇ ਬਹੁਤ ਸੇਵਾ ਕਰਦਾ ਹੈ ਮੈਂ ਤੇ ਬਾਈ ਜੀ ਉਸ ਟੈਂਟ ਦੇ ਸਾਹਮਣੇ ਜਾ ਕੇ ਕੁਝ ਮਿੰਟ ਉਡੀਕਦੇ ਰਹੇ ਫਿਰ ਇੱਕ ਵੀਰ 6:38 ਮਿੰਟ ਦੇ ਕਰੀਬ ਸਾਨੂੰ ਵੱਡੇ ਟੈਂਟ ਦੇ ਅੰਦਰ ਬਣਾਏ ਛੋਟੇ ਹਿੱਸੇ ਵਿੱਚ ਲੈ ਗਿਆ ਜਦੋਂ ਮੈਂ ਤੇ ਉਦੋਕੇ ਭਾਜੀ ਉੱਥੇ ਪਹੁੰਚੇ ਤਾਂ ਉੱਥੇ ਸੁਖਵਿੰਦਰ ਪੀਪੀ ਲੱਖਾ ਸਦਾਣਾ ਸੁਖ ਜਗਰਾਉ ਗੁਰਪ੍ਰੀਤ ਮਿੰਟੂ ਤੇ ਇੱਕ ਦੋ ਹੋਰ ਵੀਰ ਬੈਠੇ ਜੀ ਖੀਰ ਖਾਣ ਲਈ ਦਿੱਤੀ ਗਈ ਤੇ ਉਸ ਤੋਂ ਬਾਅਦ ਕਾਫੀ ਸਮਾਂ ਕਿਸਾਨ ਆਗੂਆਂ ਬਾਰੇ ਗੱਲਬਾਤ ਚੱਲਦੀ ਰਹੀ। ਚੱਲਦੀਆਂ ਗੱਲਾਂ ਵਿੱਚ ਹੀ ਗੁਰਪ੍ਰੀਤ ਮਿੰਟੂ ਬੋਲਿਆ ਕਿ 26 ਜਨਵਰੀ ਤੋਂ ਪਹਿਲਾਂ ਇੱਕ ਪੂਰੀ ਗੱਡੀ ਖਾਲਿਸਤਾਨ ਦੇ ਝੰਡਿਆਂ ਦੀ ਭਰ ਕੇ ਆਈ ਸੀ। ਮੈਂ ਇੱਕ ਕਿਸਾਨ ਆਗੂ ਨੂੰ ਉਸ ਦੀ ਜਾਣਕਾਰੀ ਵੀ ਦਿੱਤੀ। ਫਿਰ ਉਹ ਸਾਰੇ ਖਾਲਿਸਤਾਨ ਦੇ ਝੰਡੇ ਮੈਂ ਆਪਣੇ ਕਬਜ਼ੇ ਵਿੱਚ ਲੈ ਲੇ ਤੇ ਸਾੜ ਦਿੱਤੇ। ਅਤੇ ਉਹਨਾਂ ਦੇ ਡੰਡੇ ਉਹ ਪਏ ਹਨ। ਉਸਨੇ ਨੁੱਕਰ ਵੱਲ ਇਸ਼ਾਰਾ ਕੀਤਾ ਤੇ ਉੱਥੇ ਡੰਡਿਆਂ ਦਾ ਢੇਰ ਲੱਗਾ ਸੀ। ਉਦੋਕੇ ਵੀਰ ਜੀ ਨੇ ਪੁੱਛਿਆ ਕਿ ਕੋਈ ਇੱਕ ਅੱਧਾ ਝੰਡਾ ਤੁਹਾਡੇ ਕੋਲ ਹੈ ਤਾਂ ਮਿੰਟੂ ਨੇ ਕਿਹਾ ਕਿ ਸਾਰੇ ਸਾੜ ਦਿੱਤੇ ਫਿਰ ਉਦੋਕੇ ਭਾਜੀ ਨੇ ਪੁੱਛਿਆ ਕਿ ਉਹਨਾਂ ਉੱਪਰ ਖਾਲਿਸਤਾਨ ਲਿਖਿਆ ਸੀ ਤਾਂ ਮਿੰਟੂ ਨੇ ਕਿਹਾ ਕਿ ਨਹੀਂ ਬਸ ਜਿਵੇਂ ਗੁਰਦੁਆਰੇ ਵਿੱਚ ਹੁੰਦੇ ਨੇ ਉਸੇ ਤਰ੍ਹਾਂ ਦੇ ਸੀ ਉਦੋਕੇ ਭਾਜੀ ਸੁਖਵਿੰਦਰ ਪੀਪੀ ਨੂੰ ਕਿਹਾ ਕਿ ਵੇਖ ਲਵੋ ਜੀ ਇਹਨਾਂ ਨੇ ਨਿਸ਼ਾਨ ਸਾਹਿਬ ਹੀ ਸਾੜ ਦਿੱਤੇ ਹਨ ਇਹਨਾਂ ਡਰ ਪੈਦਾ ਹੋ ਗਿਆ ਇਹ ਸਾਡੇ ਅੰਦਰ ਜੇ ਕਿਤੇ ਵਿਦੇਸ਼ੀ ਬੈਠੇ ਪੰਥਕ ਸਿੰਘਾਂ ਨੂੰ ਪਤਾ ਲੱਗੇ ਤਾਂ ਉਹਨਾਂ ਦਾ ਦਿਲ ਕਿੰਨਾ ਦੁਖੇਗਾ ਇਹ ਕਹਿ ਕੇ ਅਸੀਂ ਉਠਾਏ ਤੇ ਉਦੋਕੇ ਭਾਜੀ ਕਹਿੰਦੇ ਕਿ ਪ੍ਰਭ ਯਾਰ ਕਿੰਨਾ ਡਰ ਪੈਦਾ ਹੋ ਗਿਆ ਇਹ ਸਾਡੇ ਅੰਦਰ ਕਿ ਅਸੀਂ ਤਿਰੰਗੇ ਦੀ ਵਫਾਦਾਰੀ ਸਾਬਤ ਕਰਨ ਲਈ ਨਿਸ਼ਾਨਸਾਹੀ ਵੀ ਸਾੜ ਰਹੇ ਆ ਤੇ ਫਿਰ ਮੈਂ ਭਾਜੀ ਨੂੰ ਕਹਿ ਹੀ ਦਿੱਤਾ ਕਿ ਵੀਰ ਜੀ ਇਹਨਾਂ ਲੋਕਾਂ ਸੇਵਾ ਨੂੰ ਆਪਣਾ ਸਤੰਦਾ ਬਣਾਇਆ ਹੈ ਤੇ ਸਿੱਖਾਂ ਤੋਂ ਦਸਵੰਦ ਨੂੰ ਕਿਵੇਂ ਆਪਣੀ ਝੋਲੀ ਪਾਉਣਾ ਨਹੀਂ ਤਾਂ ਇਹ ਸਾਰੇ ਮਨੁੱਖਤਾ ਦੀ ਸੇਵਾ ਵਾਲਾ ਕਦੇ ਐਸੀ ਕੱਡੀਆਂ ਕਰਤੂਤ ਨਾ ਕਰਦਾ ਜੇ ਸੱਚਮੁੱਚ ਹੀ ਕੌਮ ਦੇ ਦਸਬੰਧ ਨੂੰ ਸੇਵਾ ਵਜੋਂ ਵਰਤਦਾ ਹੁੰਦਾ ਕਮ ਸੇ ਕਮ ਕੌਮ ਦੇ ਨਿਸ਼ਾਨ ਸਾਭ ਦੀ ਇੰਜ ਬੇਅਦਬੀ ਨਾ ਕਰਦਾ ਲੱਖ ਦੀ ਲਾਹਨਤ ਐਸੇ ਅਕਿਰਤਕਾਂ ਨੂੰ